ممن باش عرف راندو والد غلام حسین. اسان جمے دے کام کو لگے سارے والد سے پہلے کرے دا پر اسان پیدا تھے ہیں بس اسان جوں ہو سنبھالے کام ہی لگے ہیں اللہ تعالی دا کرم ہے کہ اسان دا حالت کرے دے میں بس ساری اولاد بھی کرے دی بھی ہو ب روٹی بن دی بھی ہے مالک دا احسان ہے سب سے مہنگی ہے لالا جی بہرحال کرم ہوندا ہے گا کلال دی روٹی بن ویندی ہے شکر ہوندی ذات پاک دے اپنی بھی ہے باقی زیادہ سا ضرورت کو نہیں نہ مالک کو دیوے جڑی انسان اپنی اوقات بھول گئے میں نے پیار احمد سب سے پہلے مٹی کن کے آنی پہنچی ہے مٹی تیار کرنے ہیں ان بعد برتن بننے ہیں بھت بنا کے انہوں کو سکا کے مطلب پکائی تھی ہے ان بعد آرڈر ہونے سارے ان بعد مطابق دکاندار کو مال دیتا میں سپلائی کیا میں نے سارا دادا جی بننے ہیں سیکھے ہیں گجرات جو پھر ابو جی سیکھے ہیں چاچو جی وہ بھی کام کرنے ہیں دہ پندرہ سال لگ میں بندے سیکھتے تھے اصل بنے حکا گلا ڈولا ڈولی چراغ پیالہ دوری آئٹم بنے اصل پھول سارے مطابق 70-80 سال سے گئے ہوں تو پہلے بھی بن دے آنے لیکن سارے انداز مطابق جی سب سہنے نہ پوجی ہونے یہ برتن بٹھی سیٹنگ اگر رکھتے ہیں پہلے لکڑ بلدی ہوں پورا بلدے لکڑ والا تو تقریباً 4 to 5 hours لگتے ہیں یہ سارے جو ہوکر ہیں یہ چلتے پورا سال یہ گھڑا مٹی ہے وہ کوئی گھٹ گئے ہاں کولر آنے کی وجہ تو یہ جو ہوکے یہ چلتے پورا سال سارا کمال اللہ کا شکر ہے جتنا بنا سکوں تھوڑا ہے ہر کوشش اپنے بچوں کو تعلیم دوں اور یہ کام کی مانگ گھٹتی وی ہے اگاں صورت حال جی سمجھ تو کام باہر ہے غریب دا پیٹ وہ مشکل پلتا پہ ساگو تو والد صاحب اپنے پیو کا نان سے آئی تو وہ بھائی وہ کام کریں آئی سیپی والا پر سارے والد صاحب جڑے کہ شوق ہی روگنی مال بناو کا یہ بس ٹرتا ٹرتا جلد ملتان پہنچ گیا اتنا کارخانے کام کرنے کا کپ پٹ پیالی کا استاد ہوں اندر کو سیکھتا رہ گیا بس تفری تفری پی گئی کراڑ مسلمانوں کا رولا پی گیا بس وہ اتوں نکل گئے بس تو دل ہاں بس تو ضلع گجرات کا ہی استاد سارے والد صاحب کا کچھ عرصے بعد بس سارا والد ٹرتا ٹرتا ضلع گجرات پہنچ گیا استاد کو میں بولا
ਉਹ ਮਲੇ ਕੰਮ ਸਿੱਖਾ ਹੈ ਰੰਗਾਈ ਵਾਲਾ ਰੰਗ ਵਾਲਾ ਕੱਪ ਬਣੇ ਦਾ ਪਿੱਚ ਪਿਆਲੀ ਬਣੇ ਦਾ ਚੈਨਿਕਾ ਬਣੇ ਦਾ ਆਈ ਬਾਬਾ ਇੱਥੇ ਚੱਲੇ ਆਇਆ ਕੰਮ ਸ਼ੁਰੂ ਕੀਤੇ ਉਹਨੇ ਕੁਝ ਅਰਸਾ ਕਰਨ ਦਾ ਰਹਿ ਗਏ ਬਸ ਸਾਰੀ ਵਿੱਚੀ ਜਗੂ ਸੂਟੀ ਹੁੱਕੇ ਦਾ ਬਸ ਹੱਥ ਪੈ ਗਏ ਅਸਾਂ ਚੱਲੇ ਹੋਸ਼ ਸੰਭਾਲੇ ਤਾਂ ਬਸ ਸੂਟੀ ਹੁੱਕਾ ਬਣਦਾ ਪਿਆ ਜੀ ਉਹ ਕੰਮ ਅਸਾਂ ਸਾਡੇ ਕੋਲ ਨਹੀਂ ਸੀਆ ਅਸਾਂ ਹੁੱਕੇ ਵਾਲੇ ਕੰਮ ਕੋਲ ਲੱਗ ਗਏ ਇਹ ਕਾਰੋਬਾਰ ਚੱਲਣ ਪੈ ਗਏ ਉਹਦੇ 'ਤੇ ਬੜੀ ਮਿਹਨਤ ਹੈ ਜੀ ਬੜਾ ਟਾਈਮ ਲੱਗਦਾ ਜੀ ਬਾਅਦ ਸਮਾਂ ਤੋਂ ਇਹ ਕੰਮ ਸ਼ੁਰੂ ਕਰ ਦਿੱਤੇ ਅਸਾਂ ਇਹ ਸੂਟੀ ਹੁੱਕਾ ਬਣੇ ਦੀਆਂ ਜ਼ਿਆਦਾਤਰ ਜ਼ਿਆਦਾ ਕੰਮ ਸਾਡਾ ਰਹਿੰਦੇ ਬਾਕੀ ਇਹ ਗੱਲਾਂ ਹੈ ਡੋਲੀ ਛੋਲੀ ਡੋਲਾ ਇਹ ਛੋਟਾ ਬਰੀਕ ਕੰਮ ਕਰਨ ਦੀ ਅਸਾਂ ਵੱਡਾ ਸੇਫੀ ਵਾਲਾ ਕੰਮ ਅਸਾਂ ਨਾ ਹੀ ਕਰਾਂਗੇ ਸਾਡਾ ਇਲਾਜਾ ਆਪਣੇ ਬੱਠੇ ਇਲਾਜਾ ਹੈ ਅਤੇ ਜਗ੍ਹਾ ਹੀ ਆਪਣੀ ਹੈ ਅਤੇ ਬਾਕੀ ਉਹ ਦੂਜਾ ਕੰਮ ਜਿਹੜਾ ਬਾਏ ਆਮ ਕੁੰਭਾਰ ਕਰਦੇ ਸੇਫੀ ਵਾਲਾ ਕੰਮ ਉਹ ਅਸਾਂ ਨਾ ਹੀ ਕਰਾਂਗੇ ਪਕਾਉਣ ਜੀ ਸਾਡੇ ਕੋਲ ਬੱਠੀ ਆਪਣੀ ਫਰੇਂਦੀ ਹੈ ਦਿਹਾੜੀ ਲੱਗਦੀ ਹੈ ਸਾਡੀ ਬਲਾਈ ਦੇ ਵੀ ਸਾਕੋ ਤਰਾਏ ਤੂੰ ਸਾਢੇ ਤਰਾਏ ਪੌਣੇ ਚਾਰ ਘੰਟੇ ਸਾਡੀ ਬੱਠੀ ਬਲ ਪੈਂਦੀ ਹੈ ਵੱਧ ਤੋਂ ਠਰੀ ਅਸਾਂ ਲਾਈ ਦਿੱਤਾ ਦਿੱਤਾ ਮਾਲ ਸਟੀਲ ਦੇ ਬਰਤਨ ਆ ਗਏ ਚਾਸ ਦਾ ਬਰਤਨ ਆ ਗਏ ਨਹੀਂ ਤਾਂ ਪਹਿਲੇ ਤਾਂ ਸ਼ਾਦੀਆਂ ਥੀਂਦੀਆਂ ਹਨ ਫੇਲੀਆਂ ਮਾਜਦੀਆਂ ਜਾਂ ਉਹਨਾਂ ਦੀ ਭਾਜੀ ਖਾਂਦੀਆਂ ਹਨ ਪਤਰੋਟੇ ਚਾਵਲ ਖਾਂਦੀਆਂ ਹਨ ਘੜੇ ਆਉਂਦੇ ਹਨ ਪਾਤਰਿਆਂ ਦੇਗਾਂ 'ਤੇ ਦਿੰਦੀਆਂ ਹਨ ਹੁਣ ਤਾਂ ਕਿਰਾਏ ਦਾ ਸਮਾਨ ਚਵਾ ਦਿੰਦੇ ਹਨ ਸਾਰੀ ਕੁੰਭਾਰ ਉਹ ਜ਼ਿੰਮੇਦਾਰ ਜਿਹੜੇ ਕੁੰਭਾਰ 'ਚ ਬਾਤ ਨਹੀਂ ਪੁੱਛਦਾ ਉਹ ਕੋਈ ਘੱਟ ਵੱਧ ਜ਼ਰੂਰਤ ਹੁੰਦੀ ਹੈ ਹਾਂ ਕੋਈ ਮਰ ਗਏ ਤਾਂ ਪਿੱਛੇ ਉੱਤੇ ਕੱਬਰ ਕੱਟਣ ਕਿਤੇ ਤਾਂ ਕੁੰਭਾਰ ਆਪ ਉਮਰ ਤਾਂ ਮਜਬੂਰੀ ਹੈ ਬਸ ਤਾਂ ਫਜਦੇ ਨਾ ਆਪ ਮਿਹਰਬਾਨੀ ਕਰੋ ਜੀ ਲੋਕ ਸਾਰੀ ਕੱਬਰ ਕੱਟਣੀ ਹੈ ਸ਼ਾਦੀ ਖੁਸ਼ੀ ਦੀ ਵੀ ਤਾਂ ਘੱਟ ਵੱਧ ਰਹਿੰਦੇ ਕਟਵੀ ਬਗਦਾ ਉਹ ਬਿਮਾਰੀਆਂ ਹੀ ਕਹਿਣ ਆਉਂਦੀਆਂ ਜਿਹੜੀਆਂ ਬਿਮਾਰੀਆਂ ਹੁਣ ਆ ਗਈਆਂ ਜਿਤਨੀ ਚਾਸ ਹਾਂਡੀ ਦੇ ਪੱਕਾ ਹੋਏ ਸਾਲਾਂ ਦੀ ਮਿਲਦੀ ਹੈ ਨਾ ਉਤਨੀ ਚਾਸ ਦੇ ਕੋਈ ਨਹੀਂ ਦਿੰਦਾ ਉਹ ਦੇਖ ਲਈ ਉਹ ਕਿਲੋ ਗਈ ਹੈ ਉਹ ਕੋ ਹਫ਼ਤੇ ਬਾਅਦ ਵਜ਼ਨ ਕਰੋ ਤਾਂ ਕਿਲੋ ਨਹੀਂ ਦੇਦੀ ਇਹ ਦੇਖੋ ਤੁਸੀਂ ਅਸਾਂ ਤਾਂ ਕੋਸ਼ਿਸ਼ ਕਰੇ ਸੂੰ ਔਰਤਾਂ ਕੋ ਆਖ ਨਹੀਂ ਚਾਹੀ ਕਿ ਮਿਹਰਬਾਨੀ ਕੀਤੀ ਕਰੋ ਸਾਰੀ ਨਸੀਹਤ ਕਿ ਘਰ ਦੇ ਵਿੱਚ ਜਾਣਾ ਕੋਸ਼ਿਸ਼ ਕਰੋ ਬੇਟੀ ਵਾਲਾ ਬਰਤਨ ਇਸਤੇਮਾਲ ਕਰੋ ਇਹ ਦੁੱਖ ਮੁਸੀਬਤਾਂ ਦੂਰ ਸੀ ਵਜ਼ਨ ਹਾਂਡੀ ਸਾਲਨ ਪਕਾਓ ਪਿਆਲਾ ਮਿੱਟੀ ਵਾਲਾ ਹੋਵੇ ਉਹਦੇ ਵੀ ਪਾ ਕੇ ਖਾਓ ਗਿਲਾਸ ਮਿੱਟੀ ਵਾਲੇ ਹੋਵਨ ਇਨਸ਼ਾ ਅੱਲਾਹ ਤਾਲਾ ਇਹ ਸਾਰੀਆਂ ਮੁਸੀਬਤਾਂ ਦੂਰ ਸੀ ਵਜ਼ਨ ਇਹਦੇ ਨਬੀ ਪਾਕ ਦੀ ਸੁਨਤ ਵੀ ਹੈ ਔਰ ਸ਼ਫਾ ਵੀ ਹੈ ਵੱਡੇ ਬਜ਼ੁਰਗ ਲੋਕ ਇਹਨਾਂ ਮਿੱਟੀਆਂ ਦੇ ਬਰਤਨਾਂ 'ਚ ਖਾਂਦੇ ਪੀਂਦੇ ਹਨ ਹਾਂਡੀ ਸਾਲਨ ਪਕਦਾ ਇਹ ਸਾਰਾ ਮੈਸੇਜ ਹੈ ਔਰ ਸਾਰੀ ਗੁਜ਼ਾਰਿਸ਼ ਹੈ ਕਿ ਤੁਸੀਂ ਮਿਹਰਬਾਨੀ ਕਰੋ ਇਹ ਸ਼ਾਇਦ ਇਸਤੇਮਾਲ ਕਰੋ ਕਿਉਂਕਿ ਸਾਰੀ ਵੀ ਰੋਜ਼ ਹੀ ਬਣ ਸੀ ਤੁਹਾਡਾ ਦੁੱਖ ਮੁਸੀਬਤਾਂ ਢਲ ਵਿੱਚ ਜਿਤਨੀ ਕੋਸ਼ਿਸ਼ ਥੀ ਵੀ ਹਾਂਡੀ 'ਚ ਪਕਾਓ ਸਾਲਨ ਕਿ ਦੇਖੋ ਉਹ ਹਾਂਡੀ ਦਾ ਜ਼ਾਇਕਾ ਦੇਖੋ ਜਾਸ ਵਾਲੇ ਬਰਤਨ ਦਾ ਸਟੀਲ ਵਾਲੇ ਬਰਤਨ ਦਾ ਵੀ ਜ਼ਾਇਕਾ ਦੇਖੋ ਸਾਲਨ ਪੱਕਿਆ ਹੋਇਆ ਦਾ ਔਰ ਮਿੱਟੀ ਵਾਲੇ ਬਰਤਨ ਦਾ ਵੀ ਜ਼ਾਇਕਾ ਦੇਖੋ ਕਿਤਨਾ ਅੱਛਾ ਤੇ ਔਰ ਕਿਤਨਾ ਖੁਸ਼ਬੂਦਾਰ ਸਾਲਨ ਹੋ ਗਏ ਔਰ ਮੁਸੀਬਤਾਂ ਵੀ ਇਹ ਘੱਟ ਸੀ ਵੈਸਨ ਚਾਹ ਕੋਲੇ ਦੀ ਪੱਕੀ ਹੋਵੇ ਜਾਂ ਲੱਕੜ ਦੀ ਪੱਕੀ ਹੋਵੇ ਪੇਟ 'ਚ ਹਵਾ ਘੁੰਮਣ ਕੇ ਚਾਹੀਦੀ ਹੈ ਜੀ ਹੁਣ ਗੈਂ ਦੀ ਚਾਹ ਪੱਕੀ ਪਾ ਕੇ ਪੇਟ 'ਚ ਹਵਾ ਕੱਢੇਗੀ ਉਹ ਮਿਹਨਤ ਨਹੀਂ ਲੱਗਦਾ ਚਾਹ ਪਾ ਕੇ ਗੁਆ ਮੇਗੀ ਇਤਨਾ ਫਰਕ ਮਹਿਸੂਸ ਹੁੰਦੇ ਚਾਹ ਪੀਂਦੇ ਲੋਕ ਹਾਜ਼ਮਾ ਦਿੰਦਾ ਜੀ ਹੁਣ ਚਾਹ ਪੀ ਵਜੋ ਗੈਂ ਦੀ ਪੱਕੀ ਤਾਂ ਤੁਹਾਨੂੰ ਬਾਕੀ ਪੇਟ 'ਚ ਗੈਂ 'ਚ ਹਵਾ ਸੀ ਵੀ ਕਾਫੀ ਟਾਈਮ ਪਤੀਲੀ ਖੜੀ ਰਹਿੰਦੀ ਹੈ ਚੁੱਲ੍ਹੇ ਉੱਤੇ ਅੱਜ ਤਾਂ ਬਹਿਕ ਬੜਕਾ ਦਿੰਦੇ ਲਾ ਦਿੰਦੇ ਚੱਲ ਵੀ ਸ਼ਾਇਦ ਪੱਕ ਗਈ ਹੈ ਜਿਉਂ ਜਿਉਂ ਦੌਰ ਆਉਂਦਾ ਮੈਂ ਤਬਦੀਲੀ ਆਉਂਦੀ ਵੈਂਦੀ ਹੈ ਬਹਰਹਾਲ ਮੁਸੀਬਤਾਂ ਡੋੜੇ ਆਉਂਦੇ ਮੈਂ ਇਹ ਜਿਹੜੀ ਮੁਸੀਬਤ ਆਈ ਵਧੀ ਹੈ ਖੁਦਾ ਬਚਾ ਵੀ ਇਹਦੇ ਕੋਲੋਂ ਬੜੇ ਸਮਝਦਾਰ ਲੋਕ ਮਿੱਟੀ ਦਾ ਬਰਤਨ ਇਸਤੇਮਾਲ ਕਰਨੇ ਪੈਣ ਕਾਫੀ ਸਾਰੇ ਅੱਗੇ ਕੋਲੋਂ ਜ਼ਿਆਦਾ ਮਕਸਦ ਹੈ ਸਾਡੇ ਕੋਲ ਜੋ ਗਿਣ ਵੈਂਦੇ ਤਾਂ ਸਭ ਕੁਝ ਪਤਾ ਲੱਗਦਾ ਵੀ ਸ਼ਾਇਦ ਚਲਦੀ ਵੀ ਹੈ